ਓਸ਼ੋ ਦੇ ਲੈਕਚਰ ਕੋਈ ਰੁਕਾਵਟ ਨਹੀਂ ਹੋ ਸਕਦੀ ਜਿਹੜੀ ਸਾਧਕ ਨਾ ਬਣ ਸਕੇ ਤੇ ਅਜੇ ਆ ਕੋਈ ਸਾਧਨ ਨਹੀਂ ਹੋ ਸਕਦਾ ਜੋ ਰੁਕਾਵਟ ਨਾ ਬਣ ਸਕੇ ਐਟੀਟਿਊਡ ਦੀ ਗੱਲ ਹੈ ਉਹ ਰੁਕਾਵਟ ਨਹੀਂ ਬਣेंगी ਜੇਕਰ ਤੁਸੀਂ ਜਾਣਦੇ ਹੋ ਕਿ ਸੁਣਿਆ ਹੈ ਪੜਿਆ ਹੈ ਲਿਖਿਆ ਹੈ ਇਸ ਲਈ ਹੋ ਰਿਹਾ ਤਾਤਾ ਰੁਕਾਵਟ ਨਹੀਂ ਬਣਦੀ ਅਸੀਂ ਪ੍ਰੋਜੈਕਟ ਕਰ ਰਹੇ ਹਾਂ ਇਸ ਲਈ ਹੋ ਰਿਹਾ ਤਦ ਤਰਕਾਵਟ ਨਹੀਂ ਬਣਦੀ ਤੇ ਜੇ ਤੁਸੀਂ ਕਿਹਾ ਕਿ ਨਹੀਂ ਸੁਣਿਆ ਹੈ ਲਿਖਿਆ ਹੈ ਪੜਿਆ ਹੈ ਉਹ ਨਹੀਂ ਹੋ ਰਿਹਾ ਇਹ ਅਨੁਭਵ ਹੀ ਹੋ ਰਿਹਾ ਤਦ ਰੁਕਾਵਟ ਬਣ ਸਕਦੀ ਹੈ ਉਹ ਗਹਿਰੇ ਚ ਐਟੀਟਿਊਡ ਦੀ ਗੱਲ ਹੈ ਸੋ ਸਦਾਇਸਟ ਸਜਗ ਹੋਣ ਦੀ ਜ਼ਰੂਰਤ ਹੈ ਜੋ ਹੋ ਰਿਹਾ ਉਹ ਮੇਰੇ ਸੁਣੇ ਲਿਖੇ ਪੜੇ ਜਾਣੇ ਹੋਏ ਦਾ ਸੰਚਿਤ ਰੂਪ ਤਾਂ ਨਹੀਂ ਹੈ ਉਹ ਖਿਆਲ ਉਹਨਾਂ ਖਿਆਲ ਚ ਬਣਿਆ ਰਹੇ ਤਾਂ ਇੱਕ ਦਿਨ ਹੋ ਜਾਏਗਾ ਉਹ ਜੋ ਸੁਣਿਆ ਲਿਖਿਆ ਪੜਿਆ ਹੋਇਆ ਨਹੀਂ ਹੈ ਅਜੇ ਤਾਂ ਸਾਰਾ ਹੀ ਸੁਣਿਆ ਲਿਖਿਆ ਪੜਿਆ ਹੋਇਆ ਸਾਰਾ ਹੀ ਨਹੀਂ ਤਾਂ ਕੋਈ ਉਪਾਰ ਨਹੀਂ ਹੈ ਜਦ ਅਨੁਭਵ ਨਾ ਹੋਏ ਉਹਦਾ ਤਦ ਤੱਕ ਸਾਰਾ ਹੀ ਸੁਣਿਆ ਪੜਿਆ ਲਿਖਿਆ ਹੈ ਕਠਿਨਾਈ ਹੈ ਅਜੇ ਹੀ ਕੋਈ ਚੀਜ਼ ਨਹੀਂ ਹੈ ਜਿਹੜੀ ਦੋਵੇਂ ਇੱਕੋ ਵੇਲੇ ਨਾ ਹੋ ਸਕੇ ਤਦ ਆਖਰਕਾਰ ਚੀਜ਼ ਨਹੀਂ ਹੈ ਮਹੱਤਵਪੂਰਨ ਸਾਡਾ ਨਜ਼ਰੀਆ ਮਹੱਤਵਪੂਰਨ ਮੈਂ ਨਹੀਂ ਕਹਿੰਦਾ ਕਿ ਹਰ ਚੀਜ਼ ਨੂੰ ਸਾਧਨ ਬਣਾਓ ਹਰ ਚੀਜ਼ ਨੂੰ ਸਾਧਨ ਬਣਾਓ ਤੇ ਹਰ ਚੀਜ਼ ਨੂੰ ਰੁਕਾਵਟ ਸਮਝ ਲਓ ਤਾਂ ਕਠਿਨਾਈ 'ਚ ਪੈ ਜਾਓਗੇ ਤੁਸੀਂ ਇਹ ਵੀឧបਾਹ ਹੈ ਹਰ ਚੀਜ਼ ਨੂੰ ਰੁਕਾਵਟੀ ਸਮਝ ਲਓ ਤਾਂ ਵੀ ਛਲਾਂਗ ਹੋ ਜਾਏ ਹਰੇਕ ਚੀਜ਼ ਰੁਕਾਵਟ ਸਮਝ ਜਾ ਜਾਈ ਕਿ ਸਭ ਰੁਕਾਵਟ ਹੈ ਤਾਂ ਸਭ ਚੀਜ਼ਾਂ ਛੱਡ ਦਿਓ ਉਹ ਛੁੱਟਦਾ ਨਹੀਂ 네ਗੇਟਿਵ ਮੈਥਡ ਤਾਂ ਇਹੀ ਹੈ ਕਿ ਸਭ ਰੁਕਾਵਟ ਹੈ ਇਹ ਵੀ ਰੁਕਾਵਟ ਹੈ ਇਹ ਵੀ ਰੁਕਾਵਟ ਹੈ ਨੇਿਤ ਨੇਿਤ ਇਹ ਵੀ ਨਹੀਂ ਇਹ ਵੀ ਨਹੀਂ ਉਹ ਛੁੱਟਦਾ ਨਹੀਂ ਹੈ ਕਿਉਂਕਿ ਅਸੀਂ ਕਹਿੰਨੇ ਆ ਇਹ ਸਿੱਖਿਆ ਹੋਇਆ ਪੜਿਆ ਹੋਇਆ ਸੁਣਿਆ ਹੋਇਆ ਛੁੱਟੇ ਕਿਵੇਂ ਦੂਜਾ ਰਾਹ ਇਹ ਹੈ ਕਿ ਹਰੇਕ ਨੂੰ ਸਾਧਨ ਬਣਾ ਲਓ ਅਸੀਂ ਇਹ ਸੁੱਤੇ ਵੀ ਪੈਰ ਰੱਖਾਂਗੇ ਪਰ ਕਿਤੇ ਰੁਕਾਂਗੇ ਨਹੀਂ ਛਲਾਂਗ ਸਭ ਤੋਂ ਲਾ ਦਾਂਗੇ ਦੋਵੇਂ ਉਪਾਅ ਹੋ ਸਕਦੇ ਆ ਇਸ ਲਈ ਦੁਨੀਆ 'ਚ ਦੋ ਹੀ ਸਾਧਨਾ ਪਾਥ ਹਨ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਦੋ ਹੀ ਸਾਧਨਾ ਪਾਥ ਹਨ ਇੱਕ ਹਰੇਕ ਚੀਜ਼ ਨੂੰ ਸਾਧਨ ਬਣਾ ਲਏਗਾ ਇੱਕ ਜੋ ਹਰੇਕ ਚੀਜ਼ ਨੂੰ ਰੁਕਾਵਟ ਸਮਝ ਲਏਗਾ ਦੋਹਾਂ ਨਾਲ ਕੰਮ ਹੋ ਜਾਏਗਾ ਲੇਕਿਨ ਦੋਨੋਂ ਟੋਟਲ ਹੋ ਜਾਣਗੇ ਜੇ ਹਰੇਕ ਚੀਜ਼ ਰੁਕਾਵਟ ਹੈ ਤਾਂ ਤੁਸੀਂ ਵੀ ਟੋਟਲ ਹੋ ਗਏ ਮਾਮਲਾ ਖਤਮ ਹੋ ਗਿਆ ਜੇ ਹਰੇਕ ਚੀਜ਼ ਸਾਧਨ ਹੈ ਤਾਂ ਵੀ ਟੋਟਲ ਹੋ ਗਏ ਜਾਂ ਤਾਂ 네ਗੇਟਿਵਿਟੀ ਚ ਟੋਟਲ ਹੋ ਜਾਓ ਕਿ ਕੋਈ ਸਾਧਨ ਹੀ ਨਹੀਂ ਹੈ ਤਾਂ ਵੀ ਛਲਾਂਗ ਲੱਗ ਜਾਏਗੀ ਤੇ ਜਾਂ ਪੋਜ਼ਿਟਿਵਿਟੀ ਚ ਟੋਟਲ ਹੋ ਜਾਓ ਕਿ ਇਹ ਕਿ ਸਭ ਚੀਜ਼ ਸਾਧਨ ਹੈ ਹੁਣ ਜਿਵੇਂ ਤੰਤਰ ਹੈ ਉਹ ਪੋਜ਼ਿਟਿਵ ਹੈ ਉਹ ਕਹਿੰਦਾ ਸਭ ਚੀਜ਼ ਸਾਧਨ ਹੈ ਗਾਂਜਾ ਵੀ ਅਫੀਮ ਵੀ ਇਸਤਰੀ ਵੀ ਭੋਗ ਵੀ ਸਭ ਚੀਜ਼ ਸਾਧਨ ਹੈ ਉਹ ਕਹਿੰਦਾ ਰੁਕਾਵਟ ਕੁਝ ਹੈ ਹੀ ਨਹੀਂ ਇਸ ਲਈ ਤੰਤਰੇ ਨਹੀਂ ਕਹੇਗਾ ਕਿ ਬੁਰਾ ਉਹ ਕਹਿੰਦਾ ਬੁਰਾ ਕੁਝ ਹੈ ਹੀ ਨਹੀਂ ਜੋ ਵੀ ਹੈ ਸਭ ਸਾਧਨ ਹੈ ਤੰਤਰ ਨੂੰ ਪਚਾਉਣਾ ਵੀ ਬਹੁਤ ਮੁਸ਼ਕਿਲ ਹੈ ਕਿਉਂਕਿ ਅਸੀਂ ਜਾਣਦੇ ਹਾਂ ਕੁਝ ਤਾਂ ਬੁਰਾ ਹੈ ਕੁਝ ਚੰਗਾ ਹੈ ਇਸੇ ਲਈ ਅਸੀਂ ਟੋਟਲ ਨਹੀਂ ਹੋ ਪਾਉਂਦੇ ਉਹ ਤੰਤਰਿਕ ਟੋਟਲ ਹੋ ਜਾਂਦਾ ਉਹ ਕਹਿੰਦਾ ਸਭ ਉਹ ਗਾਂਜਾ ਵੀ ਪਿੰਦਾ ਹੈ ਕਹਿੰਦਾ ਜੈ ਭੋਲੇ ਗਾਂਜਾ ਜੋ ਹੈ ਗਾਂਜੇ ਤੇ ਖਲੋ ਕੇ ਉਹ ਭੋਲੇ 'ਚ ਛਲਾਂਗ ਲਾ ਜਾਂਦਾ ਹੈ ਉਹ ਕਹਿੰਦਾ ਜੈ ਭੋਲੇ ਹੁਣ ਗਾਂਜਾ ਤੇ ਭੋਲੇ ਦਾ ਕੋਈ ਲੈਣਾ ਦੇਣਾ ਹੈ ગાંða ਤੇ ભગવાન ਨੂੰ ચેતે ਕਰਨ ਦਾ ਕੀ ਸੰਬੰਧ ਹੈ ਪਰ ਉਹ ਕਹਿੰਦਾ ਤੇਰੀ ਇਹ ਚੀਜ਼ ਹੈ ਅਸੀਂ ਇਹਤੇ ਵੀ ਰਾਜ਼ੀ ਹਾਂ ਉਹ ਕਹਿੰਦਾ ਅਸੀਂ ਇਹਤੇ ਵੀ ਰਾਜ਼ੀ ਹਾਂ ਇਹ ਸਭ ਸਵੀਕਾਰ ਕਰ ਲੈਂਦਾ ਅਸਵੀਕਾਰ ਨਹੀਂ ਕਰਦਾ ਹਰ ਚੀਜ਼ ਤੋਂ ਕੁਦਦਾ ਚਲਿਆ ਜਾਂਦਾ ਕਹਿੰਦਾ ਕੁਝ ਰੁਕਾਵਟ ਹੀ ਨਹੀਂ ਹੈ ਤਾਂ ਅਸੀਂ ਕਿਸ ਚੀਜ਼ ਤੋਂ ਡਰੀਏ ਤੰਤਰ ਨੂੰ ਡਰਾਇਆ ਨਹੀਂ ਜਾ ਸਕਦਾ ਡਰੋਂ ਦਾ ਕੋਈ ਉਪਾਅ ਨਹੀਂ ਹੈ ਤੁਸੀਂ ਜਿੱਤੋਂ ਡਰੋਗੇ ਉਸੇ ਨੂੰ ਪੀ ਜਾਏਗਾ ਇਸੇ ਲਈ ਸ਼ੰਕਰ ਉਹਦੇ ਕੇਂਦਰ ਤੇ ਆ ਗਏ ਉਹ 0 ਹੀ ਪੇ ਜਾਣਗੇ ਉਹ ਵੀ ਸਾਧਨ ਹੈ ਸ਼ੰਕਰ ਵਰਗਾ ਪੋਜ਼ਿਟਿਵ ਵਿਅਕਤੀ ਨਹੀਂ ਹੋਇਆ ਜਗਤ ਚ ਤਦ ਉਹ ਕਿਸੇ ਚੀਜ਼ ਚ ਰੁਕਾਵਟ ਹੀ ਨਹੀਂ ਦੇਖਦੇ ਦੂਜਾ 네ਗੇਟਿਵ ਮੈਥਡ ਹੈ ਜਿਵੇਂ ਬੁੱਧ ਦਾ ਸ਼ੂਨਿਆ ਹੈ ਜਾਂ ਕ੍ਰਿਸ਼ਨ ਮੂਰਤੀ ਦੀ ਗੱਲ ਹੈ ਉਹ 네ਗੇਟਿਵ ਮੈਥਡ ਹੈ ਉਹ ਕਹਿੰਦੇ ਆ ਸਭ ਰੁਕਾਵਟ ਹੈ ਸਭ ਛੱਡ ਦਿਓ ਕੋਈ ਚੀਜ਼ ਸਾਧਨਾ ਨਹੀਂ ਹੈ ਸਾਧਨਾ ਹੈ ਹੀ ਨਹੀਂ ਇਸ ਲਈ ਤੁਸੀਂ ਸਾਧਨਾ ਚ ਉਤਰ ਨਹੀਂ ਨਾ ਤਾਂ ਸਾਧਨਾ ਤੇ ਜਾਣਾ ਵੀ ਨਾ ਪੌੜੀ ਤੇ ਪੈਰ ਹੀ ਨਾ ਰੱਖਣਾ ਪੈਰੀ ਕਿਉਂ ਰੱਖਦੇ ਹੋ ਛਲਾਂਗ ਲਾ ਲੋ ਜਦ ਛਲਾਂਗ ਹੀ ਲਾਉਣੀ ਹੈ ਤੇ ਪੌੜੀ ਤੋਂ ਉਤਰ ਜਾਣਾ ਤਾਂ ਚੜ੍ਹਦੇ ਕਿਸ ਲਈਓ ਚੜ੍ਹੋ ਹੀ ਨਾ ਤੁਸੀਂ ਕਿਸੇ ਪੌੜੀ ਤੇ ਕਦੇ ਜਾਓ ਹੀ ਨਾ ਕਿਸੇ ਵੀ ਦੀ ਕਿਸੇ ਮੈਥਡ ਨੂੰ ਕਦੇ ਫੜੋ ਹੀ ਨਾ ਛਲਾਂਗ ਲੱਗੀ ਹੋਈ ਹੈ ਜਦ ਫੜੋਗੇ ਹੀ ਨਹੀਂ ਪੌੜੀ ਤੇ ਪੈਰ ਹੀ ਨਹੀਂ ਰੱਖੋਗੇ ਚੜੋਗੇ ਹੀ ਨਹੀਂ ਤਾਂ ਕਿੱਥੇ ਜਾਓਗੇ ਤਾਂ ਤੁਸੀਂ ਸ਼ੋਨਿਆਂ ਚ ਚਲੇ ਜਾਓਗੇ ਇਹ ਦੋ ਹੀ ਹਨ ਤੇ ਇਹਨਾਂ ਦੋਹਾਂ ਚ ਬੜਾ ਸੰਘਰਸ਼ ਰਿਹਾ ਹੈ ਉਹ ਸੰਘਰਸ਼ ਨਾ ਸਮਝੀ ਨਾਲ ਭਰਿਆ ਹੋਇਆ ਹੈ ਇਹਨਾਂ ਦੋਹਾਂ 'ਚ ਭਾਰੀ ਸੰਘਰਸ਼ ਹੈ ਇਹ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਹਨ ਇਹ ਦੋਵੇਂ ਇੱਕ ਦੂਜੇ ਦੇ ਭਾਰੀ ਦੁਸ਼ਮਣ ਹਨ ਮੇਰੀ ਤਕਲੀਫ ਇਹ ਹੈ ਇਹ ਦੋਵੇਂ ਠੀਕ ਹਨ ਇਸ ਲਈ ਮੇਰੀ ਗੱਲ ਕਈ ਵਾਰੀ ਤੁਹਾਡੇ ਲਈ ਦਿੱਕਤ ਹੀ ਹੋ ਜਾਂਦੀ ਹੈ ਨਹੀਂ ਤਾਂ ਦੋਵੇਂ ਠੀਕ ਹੈ ਕਦੇ ਮੈਂ ਇਹ ਕਹਿ ਦਨਾਂ ਨਾ ਇਹ ਰਹੀ ਵਿਧੀ ਕਦੇ ਮੈਂ ਕਹਿ ਦਨਾਂ ਕਿ ਕੋਈ ਵਿਧੀ ਨਹੀਂ ਹੈ ਤਾਂ ਤੁਹਾਨੂੰ ਕਿਠਲਾਈ ਹੋ ਜਾਂਦੀ ਹੈ ਕਿ ਮਾਮਲਾ ਕੀ ਹੈ ਕਿਉਂਕਿ ਜਦ ਵਿਧੀ ਨਹੀਂ ਹੈ ਤਾਂ ਫਿਰ ਅਸੀਂ ਤੇ ਮੈਂ ਦੋਹਾਂ ਦੀ ਗੱਲ ਕਰਦਾ ਰਹਾਂਗਾ ਕਿਉਂਕਿ ਮੇਰੀ ਸਮਝ ਇਹ ਹੈ ਆਉਣ ਵਾਲੇ ਭਵਿੱਖ 'ਚ ਦੋਵੇਂ ਗੱਲਾਂ ਕਿਉਂਕਿ ਇਹਨਾਂ ਦੋਹਾਂ ਗੱਲਾਂ ਦੇ ਵਿਰੋਧੀ ਹੋਣ ਨੇ ਮਨੁੱਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਕੌਣ ਆਦਮੀ ਕਿਸ ਰਾਹ ਤੋਂ ਚੱਲਿਆ ਇਸ ਲਈ ਜਦ ਖਤਰਨਾਕ ਹੁੰਦੀ ਹੈ ਇਹ ਦੋਨੋਂ ਪੰਥ ਜਦ ਪੰਥ ਬਣੇ ਤਾਂ ਜ਼ਿੱਦਪੂਰਨ ਹੋ ਗਏ ਬਹੁਤ ਜ਼ਿੱਦਪੂਰਨ ਹੁਣ ਜਿਵੇਂ ਕ੍ਰਿਸ਼ਨ ਮੂਰਤੀ ਹਨ ਬਜ਼ਿੱਦ ਹਨ ਜ਼ਿੱਦ ਪਾ ਰਹੀ ਹੈ ਕਿਉਂਕਿ ਪੋਜ਼ਿਟਿਵ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਣਗੇ ਉਹ ਮੰਨ ਹੀ ਨਹੀਂ ਸਕਣਗੇ ਕਿ ਸਾਧਨ ਵੀ ਹੋ ਸਕਦਾ ਹੈ ਹੋ ਹੀ ਨਹੀਂ ਸਕਦਾ 네ਗੇਟਿਵ ਦੇ ਪ੍ਰਤੀ ਅਤ ਦੀ ਜ਼ਿੱਦ ਹੈ ਹੁਣ ਜਿਵੇਂ ਭਗਤ ਹਨ ਭਗਤ ਹਨ ਮੀਰਾ ਹੈ ਉਹ ਮੰਨ ਹੀ ਨਹੀਂ ਸਕੇਗੀ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਸਾਧਨ ਨਾ ਹੋਵੇ ਉਹ ਮੰਨ ਹੀ ਨਹੀਂ ਸਕੇਗੀ ਉਹ ਕਹੇਗੀ ਸਾਰੇ ਹੀ ਸਾਧਨ ਹੈ ਅਸਾਧਨ ਤਾਂ ਹੋ ਹੀ ਨਹੀਂ ਸਕਦਾ ਮੇਰੀ ਤਕਲੀਫ ਇਹ ਹੈ ਕਿ ਦੋਵੇਂ ਠੀਕ ਹਨ ਪਰ ਮੈਂ ਜੇ ਦੋਹਾਂ ਨੂੰ ਇੱਕੋ ਸਮੇਂ ਤੁਹਾਨੂੰ ਠੀਕ ਆਖਾਂ ਤਾਂ ਤੁਸੀਂ ਵੀ ਕਨਫਿਊਜ਼ਡ ਹੋ ਜਾਓਗੇ ਫਿਰ ਤਾਂ ਤੁਸੀਂ ਬਿਲਕੁਲ ਪਾਗਲ ਹੋ ਜਾਓਗੇ ਇਸ ਲਈ ਮੈਨੂੰ ਕਦੇ ਮੈਂ ਇੱਕ ਦੀ ਗੱਲ ਕਰਦਾ ਮੈਂ ਕਹਿੰਨਾ ਜਿਹਨੂੰ 네ਗੇਟਿਵ ਪਕੜਿਆ ਜਾਏਗਾ ਉਹ 네ਗੇਟਿਵ ਨਾਲ ਕਦੇ ਪੋਜ਼ਿਟਿਵ ਦੀ ਗੱਲ ਕਰਦਾ ਸੋਚਦਾ ਕਦੇ ਕਿਸੇ ਨੂੰ ਪੋਜ਼ਿਟਿਵ ਪਕੜਿਆ ਜਾਏਗਾ ਤਾਂ ਇਸ ਲਈ ਮੈਥੋਂ ਵੱਧ ਇਨ ਕਨਸਿਸਟੈਂਟ ਆਦਮੀ ਲੱਭਣਾ ਬਹੁਤ ਮੁਸ਼ਕਿਲ ਹੈ ਕਨਸਿਸਟੈਂਟ ਮੈਂ ਹੋਣਾ ਹੋਵੇ ਤਾਂ ਬਿਲਕੁਲ ਹੋ ਸਕਦਾ ਇਸ ਤੋਂ ਕੋਈ ਕਠਿਨਾਈ ਨਹੀਂ ਹੈ ਇੱਕ ਨੂੰ ਪਕੜ ਲਵਾਂ ਕੰਸਿਸਟੈਂਟ ਹੋ ਜਾਵਾਂਗਾ ਪਰ ਨਹੀਂ ਹੋ ਪਾਵਾਂਗਾ ਮੈਂ ਦੋਵਾਂ ਦੀ ਗੱਲ ਕਰਾਂਗਾ ਤੇ ਫਿਰ ਇਹ ਵੀ ਪੱਕਾ ਨਹੀਂ ਕਿ ਤੁਹਾਡੇ ਲਈ ਕਿਸ ਛੇਨ ਚ ਕਿਹੜੀ ਚੀਜ਼ ਠੀਕ ਬਹਿ ਜਾਏ ਇਹ ਵੀ ਪੱਕਾ ਨਹੀਂ ਹੈ ਜੇ ਆ ਨਹੀਂ ਹੈ ਕਿ ਇੱਕ ਬੰਦੇ ਨੂੰ ਸਦਾ ਹੀ 네ਗੇਟਿਵ ਠੀਕ ਪੈਂਦਾ ਹੋ ਸਕਦਾ ਹੈ ਕੱਲ ਉਹਨੂੰ 네ਗੇਟਿਵ ਠੀਕ ਪੈਂਦਾ ਹੋਏ ਅੱਜ ਨਾ ਪਵੇ ਕਿਉਂਕਿ 네ਗੇਟਿਵ ਦੀ ਆ ਸਫਲਤਾ ਹੋ ਸਕਦਾ ਹੈ ਉਹਦੇ ਚਿੱਤ ਨੂੰ ਪੋਜ਼ਿਟਿਵ ਦੀ ਤਰਫ ਲੈ ਆਵੇ ਪੋਜ਼ਿਟਿਵ ਦੀ ਸਫਲਤਾ ਨੈਗੇਟਿਵ ਦੀ ਤਰਫ ਲੈ ਜਾਏ ਇਹ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਲਈ ਜ਼ਿੱਦਪੂਰਨ ਵਿਚਾਰਤਾ ਰ ਖਤਰਨਾਕ ਹੈ ਜ਼ਿੱਦ ਤੋਂ ਬਚੇ ਤਾਂ ਇਨਕੰਸਿਸਟੈਂਸੀ ਲਾਜ਼ਮੀ ਹੋ ਜਾਂਦੀ ਹੈ ਅਸੰਗਤ ਬਿਆਨ ਹੋ ਜਾਣਗੇ ਇਸ ਲਈ ਮੇਰੇ ਪ੍ਰਤੀ ਲਗਾਤਾਰ ਲੋਕੀ ਮੈਨੂੰ ਚਿੱਠੀਆਂ ਲਿਖਦੇ ਐ ਅਸੀਂ ਇਹ ਕਹਤਾ ਤੁਸੀਂ ਫਲਾਣੀ ਕਿਤਾਬ 'ਚ ਇਹ ਕਹਤਾ ਇਸ ਕਿਤਾਬ 'ਚ ਇਹ ਕਿਹਾ ਇਸ ਸਿਵਰ 'ਚ ਤੁਸੀਂ ਇਹ ਕਿਹਾ ਇਸ ਸਿਵਰ 'ਚ ਤੁਸੀਂ ਕਿਹਾ ਉਹ ਸਮਝ ਨਹੀਂ ਪਾਰੇ ਕਿ ਉਹਨਾਂ ਨੂੰ ਜੋ ਠੀਕ ਲੱਗੇ ਉਹ ਤੇ ਉਹ ਚਲੇ ਜਾਣ ਮੈਂ ਤਾਂ ਸਭ ਕਹਿੰਦਾ ਰਹਾਂਗਾ ਇੱਕ ਅਰਥ ਵਿੱਚ ਨਵਾਂ ਪ੍ਰਯੋਗ ਹੈ ਇੱਕ ਅਰਥ ਵਿੱਚ ਮੈਂ ਮੰਨਦਾ ਕਿ ਅਸੰਗਤ ਹੋਣ ਨਾਲੋਂ ਵੱਡੀ ਹੋਰ ਕੋਈ ਹਿੰਮਤ ਨਹੀਂ ਹੈ ਕਿਉਂਕਿ ਬਹੁਤ ਝੰਜਟ ਦਾ ਕੰਮ ਹੈ ਨਾ ਸੰਗਤ ਹੋਣਾ ਬਹੁਤ ਸਹੂਲਤਪੂਰਨ ਹੈ ਇਹ ਪੱਕਾ ਰਾਇ ਮੇਰਾ ਪੱਕਾ ਹਿਸਾਬ ਹੈ ਉਹਨਾਂ ਕਹਿ ਦਿੰਨਾ ਗੱਲ ਖਤਮ ਹੋ ਗਈ ਦੂਜਾ ਗਲਤ ਹੈ ਉਹਨੂੰ ਮੈਂ ਕੱਟ ਦਿੰਨਾ ਉਹਦੀ ਤਰਫ ਫਿਰ ਸਵਾਲ ਹੀ ਨਹੀਂ ਉੱਠਦਾ ਲੇਕਿਨ ਮੇਰੇ ਲਈ ਇੱਕ ਦੂਜਾ ਜੇਕਰ ਮੈਂ ਗਲਤ ਵੀ ਕਹਿਣਾ ਤਾਂ ਸਿਰਫ ਇਸੇ ਲਈ ਕਹਿ ਰਿਹਾ ਕਿ ਇਹ ਰਾਹ ਤੁਹਾਡੀ ਸਮਝ ਆ ਜਾਏ ਪਰ ਜਦ ਦੂਜੇ ਨੂੰ ਮੈਂ ਠੀਕ ਕਹਾਂਗਾ ਤੇ ਇਸ ਰਾਹ ਨੂੰ ਇੰਨਾ ਹੀ ਗਲਤ ਕਹਿ ਦਿਆਂਗਾ ਅਸਲ 'ਚ ਮੇਰੇ ਲਈ ਗਲਤ ਤੇ ਸਹੀ ਨਹੀਂ ਹੈ ਦੋ ਰਾਹ ਹਨ ਦੋ ਤਰ੍ਹਾਂ ਦੇ ਲੋਕ ਹਨ ਹਰ ਬੰਦੇ 'ਚ ਦੋ ਤਰ੍ਹਾਂ ਦੇ ਪਹਿਲੂ ਹਨ ਜਟਿਲਤਾ ਬਹੁਤ ਜ਼ਿਆਦਾ ਹੈ ਇਸ ਲਈ ਪੁਰਸ਼ ਜੋ ਹੈ ਪੁਰਸ਼ ਚਿੱਤ ਪੁਰਸ਼ ਨਹੀਂ ਪੁਰਸ਼ ਚਿੱਤ ਉਹਦੇ ਲਈ ਪੋਜ਼ਿਟਿਵ ਰਾਹ ਆਸਾਨ ਪੈ ਜਾਂਦਾ ਹੈ ਬਿਲਕੁਲ ਮਸਾਨ ਪੈ ਜਾਂਦਾ ਹੈ। ਪੁਰਸ਼ ਚਿੱਤ ਕਿਉਂਕਿ ਉਹ ਐਗਰੈਸ਼ਨ ਹੈ, ਹਮਲਾ ਹੈ, ਕੁਝ ਜਿੱਤਣ ਨੂੰ ਚਾਹੀਦਾ ਹੈ, ਕੁਝ ਪਾਉਣ ਨੂੰ ਚਾਹੀਦਾ ਹੈ, ਕੁਝ ਪਕੜਨ ਨੂੰ ਚਾਹੀਦਾ ਹੈ। ਇਸਤਰੀ ਚਿੱਤ ਜੋ ਹੈ ਉਹ ਨੈਗੇਟਿਵਿਟੀ ਹੈ। ਉਹ ਰਿਸੈਪਟਿਵਿਟੀ ਹੈ। ਕੋਈ ਆਏ, ਉਹ ਹਮਲਾ ਨਹੀਂ ਹੈ, ਉਡੀਕ ਹੈ। ਜਿਸ ਸਦੀ ਚ ਪੁਰਸ਼ ਦਾ ਬਹੁਤ ਪ੍ਰਭਾਵ ਹੁੰਦਾ ਹੈ, ਜਿਵੇਂ ਪਿਛਲੀਆਂ ਸਾਰੀਆਂ ਸਦੀਆਂ ਜਿਸ 'ਚ ਇਸਤਰੀ ਦਾ ਕੋਈ ਪ੍ਰਭਾਵ ਨਹੀਂ ਹੈ, ਪੁਰਸ਼ ਦਾ ਪ੍ਰਭਾਵ ਸੀ। ਉਹ ਸਭ ਸਾਧਨ ਦੀਆਂ ਸਦੀਆਂ ਹਨ। ਆਉਣ ਵਾਲੇ ਦਿਨਾਂ 'ਚ ਇਸ ਤਰੀ ਹੌਲੀ-ਹੌਲੀ ਪ੍ਰਭਾਵੀ ਹੋਈ ਹੈ ਪੱਛਮ 'ਚ ਜਿੱਥੇ ਕਿ ਇਸ ਤਰੀ ਬਹੁਤ ਪ੍ਰਭਾਵੀ ਹੋ ਗਈ ਹੈ ਕ੍ਰਿਸ਼ਨਾ ਮੂਰਤੀ ਜੈ ਵਿਚਾਰ ਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਨੈਗੇਟਿਵਿਟੀ ਵਧੀ ਹੈ ਪਰ ਉਹ ਇੰਨਾ ਡੋਲਦਾ ਹੋਇਆ ਮਾਮਲਾ ਹੈ ਨਿਤ ਡੋਲਦਾ ਰਹਿੰਦਾ ਹੈ ਜੋ ਠੀਕ ਲੱਗ ਜਾਏ ਤੁਹਾਨੂੰ ਉਸ 'ਚੋਂ ਕੋਈ ਇੱਕ ਨਿਰਣਾ ਹਰੇਕ ਵਿਅਕਤੀ ਨੂੰ ਆਪਣੇ ਅੰਦਰ ਲੈ ਲੈਣਾ ਚਾਹੀਦਾ ਹੈ ਜੇ ਉਹਨੂੰ ਲੱਗਦਾ ਹੋਵੇ ਕਿ ਹਰ ਚੀਜ਼ ਰੁਕਾਵਟ ਮਾਲੂਮ ਪੈਂਦੀ ਹੈ ਤਾਂ ਇਹ ਨਿਰਣਾ ਬਹੁਤ ਚੰਗਾ ਹੈ ਧੰਨਵਾਦ